Respected Principal Sir, members of State Inspection Team, staff members and dear students, good morning to all of you. बच्चों जिवें कि तुहानू पता है कि अज का दिन राष्ट्रीय एकता दिवस के रूप में मनाया जाता है जो कि सरदार वल्लभ भाई भारत के लौह पुरुष के नाम तो जिन्होंने जाना जाता है उन्हां दी स्मृति में यह दिवस मनाया जाता है। सरदार वल्लभ भाई पटेल जी का जन्म जो है वह 31 अक्टूबर 1875 नडियाड गुजरात के विखे होया। उन्होंने पिता जी एक किसान थी और उन्होंने माता जी हाउसवाइफ थी। उन्होंने जी शिक्षा है वो अपने ही पिंड के विच हुई। उस तो बाद उन्होंने वकालत की और वकालत के लिए वो इंग्लैंड गए। इंग्लैंड तो जब वो वापस आए तो उन्होंने अहमदाबाद विखे क्रिमिनल लॉयर के रूप में प्रैक्टिस करनी शुरू कर दी और उस दौरान
ਨਾਲ ਜਿਹੜਾ ਕਸ਼ਮੀਰ ਦਾ ਰਾਜਾ ਸੀ ਰਾਜਾ ਹਰੀ ਸਿੰਘ ਉਹਨਾਂ ਨੇ ਇਹਨਾਂ ਦੇ ਮੋਹਰੇ ਸਮਰਪਣ ਕਰ ਦਿੱਤਾ। ਜੂਨਾਗੜ੍ਹ ਦਾ ਜਿਹੜਾ ਰਾਜਾ ਸੀ ਉਹ ਅੜ ਗਿਆ ਕਿ ਮੈਂ ਤਾਂ ਆਪਣੀ ਰਿਆਸਤ ਨੂੰ ਪਾਕਿਸਤਾਨ ਦੇ ਵਿੱਚ ਮਿਲਾਉਣਾ ਹੈ, ਲੇਕਿਨ ਇੰਡੀਆ ਜੋ ਸੀ ਇਹਨਾਂ ਨੇ ਇਸ ਦੇ ਉੱਤੇ ਸਹਿਮਤੀ ਨਹੀਂ ਪ੍ਰਗਟ ਕੀਤੀ ਤੇ ਉਹਨਾਂ ਦੇ ਰਿਆਸਤ ਦੇ ਵਿੱਚ ਜੰਗ ਵਿਦਰੋਹ ਹੋ ਗਿਆ। ਉਸ ਦੇ ਕਾਰਨ ਉਸ ਰਾਜਾ ਨੂੰ ਆਪਣੀ ਜੋ ਰਾਜਗੱਦੀਆਂ ਛੱਡ ਕੇ ਪਾਕਿਸਤਾਨ ਭੱਜ ਜਾਣਾ ਪਿਆ ਤੇ ਇਸ ਤਰ੍ਹਾਂ ਆਟੋਮੈਟਿਕਲੀ ਜੋ ਜੂਨਾਗੜ੍ਹ ਦੀ ਰਿਆਸਤ ਹੈ ਉਹ ਇੰਡੀਆ ਦੇ ਵਿੱਚ ਸ਼ਾਮਿਲ ਹੋ ਗਈ। ਹੁਣ ਰਹਿ ਗਈ ਗੱਲ ਹੈਦਰਾਬਾਦ ਦੀ। ਜੋ ਹੈਦਰਾਬਾਦ ਸੀ ਉਹ ਰਿਆਸਤ ਸਭ ਤੋਂ ਜ਼ਿਆਦਾ ਵੈਲਥੀਐਸਟ ਸੀ, ਸਭ ਤੋਂ ਅਮੀਰ ਰਿਆਸਤ ਸੀ, ਕਿਉਂਕਿ ਇਸ ਦੇ ਵਿੱਚ ਮਹਾਰਾਸ਼ਟਰ ਦਾ ਹਿੱਸਾ ਸੀ, ਮਹਾਰਾਸ਼ਟਰ ਦਾ ਕਾਫੀ ਪਾਰਟ ਆਉਂਦਾ ਸੀ, ਕਰਨਾਟਕਾ ਆਉਂਦਾ ਸੀ ਤੇ ਤੇਲੰਗਾਨਾ ਜਿਹੜਾ ਰਾਜ ਹੈ ਅੱਜ ਦਾ ਉਹ ਵਾਲਾ ਪ੍ਰਦੇਸ਼ ਵੀ ਇਸਦਾ ਹਿੱਸਾ ਸੀ, ਕਾਫੀ ਵੱਡੀ ਰਿਆਸਤ ਸੀ। ਉਸਦਾ ਜੋ ਰਾਜਾ ਸੀ ਉਸਨੇ ਮਨਾ ਕਰ ਦਿੱਤਾ ਕਿ ਮੈਂ ਤਾਂ ਸੁਤੰਤਰ ਰਹਿਣਾ ਹੈ, ਨਾ ਮੈਂ ਪਾਕਿਸਤਾਨ ਦਾ ਹਿੱਸਾ ਬਣਨਾ ਹੈ, ਨਾ ਮੈਂ ਇੰਡੀਆ ਦਾ ਹਿੱਸਾ ਬਣਨਾ ਹੈ। ਲੇਕਿਨ ਸਰਦਾਰ ਪਟੇਲ ਨੇ ਆਪਣੀ ਫੌਜ ਨੂੰ ਉਸ ਰਿਆਸਤ ਉੱਤੇ ਚੜ੍ਹਾਈ ਕਰਨ ਦਾ ਆਦੇਸ਼ ਦੇ ਦਿੱਤਾ ਤੇ ਇਸ ਤਰ੍ਹਾਂ 18 ਸਤੰਬਰ 1949 ਨੂੰ ਇੱਕ ਸਾਲ ਬਾਅਦ ਸਾਡੀ ਆਜ਼ਾਦੀ ਤੋਂ ਬਾਅਦ ਉਸ ਰਿਆਸਤ ਦੇ ਰਾਜਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਹੈਦਰਾਬਾਦ ਦੀ ਜਿਹੜੀ ਰਿਆਸਤ ਸੀ ਉਹ ਵੀ ਇੰਡੀਆ ਦਾ ਹਿੱਸਾ ਬਣ ਗਈ। ਤੇ ਇਸ ਤਰ੍ਹਾਂ ਇਹਨਾਂ ਨੂੰ ਲੋਅ ਪੋਸਟ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਆਪਣੀ ਜੋ ਡਿਟਰਮੀਨੇਸ਼ਨ ਸੀ ਇਹਨਾਂ ਨੇ ਕਿਸੇ ਵੀ ਪਰਿਸਥਿਤੀ ਦੇ ਵਿੱਚ ਘੁੱਟੇ ਨਹੀਂ ਟੇਕੇ ਤੇ ਬੜੀ ਅੱਛੀ ਸਟਰੋਂਗ ਵਿਲ ਪਾਵਰ ਦੇ ਨਾਲ, ਇੱਕ ਰਾਸ਼ਟਰ ਭਗਤੀ ਦੇਸ਼ ਭਗਤੀ ਦੀ ਭਾਵਨਾ ਦੇ ਨਾਲ ਸਾਰੀ ਇੰਡੀਆ ਨੂੰ ਯੂਨਾਈਟ ਕੀਤਾ। ਯੂਨਾਈਟ ਦਾ ਮਤਲਬ ਉਹਨਾਂ ਨੂੰ ਏਕਤਾ ਉਹਨਾਂ ਦੇ ਵਿੱਚ ਲੈ ਕੇ ਆਉਂਦੀ, ਸਾਰੀਆਂ ਜੋ ਰਿਆਸਤਾਂ ਸੀ ਉਹਨਾਂ ਦਾ ਏਕੀਕਰਨ ਕੀਤਾ। ਇਸੇ ਕਰਕੇ ਇਹਨਾਂ ਦੇ ਲਈ ਰਾਸ਼ਟਰੀ ਏਕਤਾ ਦਿਵਸ ਇਹਨਾਂ ਦੀ ਯਾਦ ਦੇ ਵਿੱਚ ਹੀ ਮਨਾਇਆ ਜਾਂਦਾ ਹੈ। 1991 ਦੇ ਵਿੱਚ ਭਾਰਤ ਸਰਕਾਰ ਨੇ ਇਹਨਾਂ ਦੀ ਜੋ ਵੀ ਕੰਟਰੀਬਿਊਸ਼ਨ ਰਹੀ ਹੈ ਇੰਡੀਆ ਦੀ ਡਿਵੈਲਪਮੈਂਟ ਦੇ ਵਿੱਚ ਜਾਂ ਇੰਡੀਆ ਦੀ ਜੋ ਇਹਨਾਂ ਨੇ ਆਪਣੀ ਫਰੀਡਮ ਫਾਈਟਿੰਗ ਕੀਤੀ ਉਸਦੇ ਵਿੱਚ ਇਹਨਾਂ ਨੂੰ ਭਾਰਤ ਰਤਨ ਦਾ ਪੁਰਸਕਾਰ ਦਿੱਤਾ ਗਿਆ ਤੇ 2013 ਦੇ ਵਿੱਚ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਨੀਂਹ ਪੱਥਰ ਰੱਖਿਆ ਜੋ ਕਿ ਤੁਸੀਂ ਸੁਣਿਆ ਹੋਏਗਾ ਸਟੈਚੂ ਆਫ ਯੂਨਿਟੀ ਜੋ ਗੁਜਰਾਤ ਦੇ ਵਿੱਚ ਇੱਕ ਬੁੱਤ ਬਣਿਆ ਹੋਇਆ ਹੈ ਉਹ 182 ਮੀਟਰ ਉੱਚਾ ਬੁੱਤ ਹੈ। ਸਭ ਤੋਂ ਪਹਿਲਾਂ ਜੋ ਸਟੈਚੂ ਆਫ ਯੂਨੀਵਰਸਿਟੀ ਬੁੱਤ ਸੀ ਉਹ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਸੀ, ਲੇਕਿਨ ਹੁਣ ਭਾਰਤ ਦੇ ਨਾਮ ਤੇ ਇਹ ਪੈਰ ਦਰਜ ਹੈ ਕਿ ਜੋ ਸਟੈਚੂ ਆਫ ਯੂਨਿਟੀ ਹੈ ਉਹ 182 ਮੀਟਰ ਉੱਚਾ ਬੁੱਤ ਹੈ ਔਰ ਉਹ ਸਾਰੇ ਸੰਸਾਰ ਦਾ ਸਭ ਤੋਂ ਉੱਚਾ ਬੁੱਤ ਹੈ। ਉਸਦਾ ਨੀਂਹ ਪੱਥਰ 2013 ਵਿੱਚ ਰੱਖਿਆ ਗਿਆ ਤੇ ਉਹ ਪੂਰਾ ਹੋ ਕੇ 2018 ਵਿੱਚ ਉਸਦਾ ਇਨੋਗੁਰੇਸ਼ਨ ਪਿਛਲੇ ਸਾਲ ਕੀਤਾ ਗਿਆ ਤੇ ਇਹਨਾਂ ਦੀ ਯਾਦ ਦੇ ਵਿੱਚ ਹੀ 31 ਅਕਤੂਬਰ 2014 ਤੋਂ ਰਾਸ਼ਟਰੀ ਏਕਤਾ ਦਿਵਸ ਜਿਸਨੂੰ ਅਸੀਂ ਅੱਜ ਮਨਾ ਰਹੇ ਹਾਂ ਉਸਦੀ ਸ਼ੁਰੂਆਤ ਕੀਤੀ ਗਈ ਤੇ 2013 ਤੋਂ ਰਨ ਫੋਰ ਯੂਨਿਟੀ ਜੋ ਹੈ ਜਿਹਦਾ ਅੱਜ ਸਵੇਰੇ ਬੱਚੇ ਜਾ ਕੇ ਆਏ ਹਨ, ਰਨ ਫੋਰ ਯੂਨਿਟੀ ਵੀ ਆਰਗੇਨਾਈਜ਼ ਸਭ ਤੋਂ ਪਹਿਲਾਂ 2013 ਵਿੱਚ ਕੀਤਾ ਗਿਆ ਔਰ ਉਸ ਸਮੇਂ ਉਸ ਸਾਲ ਇੱਕ ਵਰਲਡ ਰਿਕਾਰਡ ਗਿਨੀਜ਼ ਬੁੱਕ ਆਫ ਰਿਕਾਰਡ ਬਣਿਆ ਸੀ ਜਿਸ ਦੇ ਵਿੱਚ ਤਕਰੀਬਨ 609 ਮਿਲੀਅਨ ਜੋ ਪਰਸਨ ਸੀ ਅਲੱਗ ਅਲੱਗ ਥਾਵਾਂ ਤੇ ਉਹਨਾਂ ਨੇ ਇਸ ਰਨ ਫੋਰ ਯੂਨਿਟੀ ਦੇ ਵਿੱਚ ਹਿੱਸਾ ਲਿਆ ਸੀ। ਇਸ ਤਰ੍ਹਾਂ ਅਸੀਂ ਅੱਜ ਦਾ ਜੋ ਦਿਵਸ ਹੈ ਉਹ ਸਾਨੂੰ ਇਹ ਯਾਦ ਦਿਲਾਉਂਦਾ ਹੈ ਕਿ ਸਾਨੂੰ ਵੀ ਸਰਦਾਰ ਵੱਲਭ ਭਾਈ ਪਟੇਲ ਵਾਂਗਰ ਸਾਰੇ ਬੱਚਿਆਂ ਨੇ ਇਹ ਸਿੱਖਣਾ ਹੈ ਕਿ ਆਪਣੇ ਆਪ ਨੂੰ ਆਪਣੀ ਵਿਲ ਪਾਵਰ ਨੂੰ ਇੰਨੀ ਸਟਰੋਂਗ ਕਰੋ, ਆਪਣੇ ਆਪ ਨੂੰ ਇੰਨਾ ਸਟਰੋਂਗ ਕਰੋ ਕਿ ਤੁਸੀਂ ਨਵੀਆਂ ਤੋਂ ਨਵੀਆਂ ਉਚਾਈਆਂ ਨੂੰ ਹਾਸਿਲ ਕਰ ਸਕੋ ਔਰ ਆਪਣੀ ਸਾਰੀ ਜੋ ਸ਼ਕਤੀ ਹੈ ਆਪਣੀ ਮਾਨਸਿਕ ਫਿਜ਼ੀਕਲ ਜਿੰਨੀ ਵੀ ਤੁਹਾਡੀ ਐਬਿਲਿਟੀ ਹੈ ਟੈਲੈਂਟ ਹੈ ਉਹ ਆਪਣੇ ਦੇਸ਼ ਦੇ ਉਤਥਾਨ ਵਾਸਤੇ ਦੇਸ਼ ਦੀ ਪ੍ਰਗਤੀ ਦੇ ਲਈ ਅਸੀਂ ਲਗਾਈਏ। ਇਹੀ ਅਸੀਂ ਸੰਦੇਸ਼ ਸਰਦਾਰ ਵੱਲਭ ਭਾਈ ਪਟੇਲ ਤੋਂ ਲੈਂਦੇ ਹੋਏ ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਧੰਨਵਾਦ।